ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਸੋ ਅੱਜ ਦੇ ਜੋ ਵੀਡੀਓ ਆਪਣੀ ਮਲੋ ਟਰੈਕਟਰ ਮੰਡੀ ਦੀ ਆ, ਤੇ ਸ਼ੁਰੂ ਕਰਦੇ ਆ ਅੱਜ ਦੇ ਟਰੈਕਟਰਾਂ ਦੇ ਰੇਟ, ਕਿਹੜੇ ਕਿਹੜੇ ਮਾਡਲ ਆਏ ਆ ਤੇ ਸਾਫ ਟਰੈਕਟਰ ਖੜੇ ਆ ਬਹੁਤ, ਤੇ ਤੁਹਾਨੂੰ ਮਾਲਕ ਦਾ ਨੰਬਰ ਵੀ ਦੇਵਾਂਗੇ। ਇਹ ਟਰੈਕਟਰ ਤੁਹਾਨੂੰ ਜਿੰਨੇ ਵੀ ਵਿਖਾਵਾਂਗੇ ਇਹਨਾਂ ਦੇ ਸਾਰਿਆਂ ਦੇ ਮਾਲਕ ਦਾ ਨੰਬਰ ਦੇਵਾਂਗੇ। ਸੋ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ, ਸਵਰਾਜ 963 16 ਦੇ ਟਾਇਰਾਂ 'ਚ ਟਰੈਕਟਰ ਆ ਜੀ। ਗੁਡੀਅਰ ਦੇ ਟਾਇਰ ਆ, ਸਾਫ ਕੰਡੀਸ਼ਨ ਦੀ ਗੁੱਡੀ ਹੈ ਇਸਦੀ, ਰੰਗ ਰੋਗਨ ਤਾਂ ਬਿਲਕੁਲ ਹੀ ਸਾਫ ਆ। ਪੰਜਾਬ ਨੰਬਰ ਆ ਜੀ, PV04। ਇਹ ਫਰੀਦਕੋਟ ਦਾ ਨੰਬਰ ਹੈ ਜੀ। 2019 ਮਾਡਲ ਆ, 6,20,000 ਰੁਪਈਆ ਡਿਮਾਂਡ ਆ ਜੀ ਮਾਲਕ। ਉਸਦੇ ਨਾਲ ਆ ਗਿਆ ਜੀ ਸਵਰਾਜ 735, 2004 ਮਾਡਲ ਆ, ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫ ਆ ਜੀ। ਇਹ ਮਾਡਲ ਹੈਗਾ ਜੀ 2000, ਸ਼ਾਇਦ ਪੂਰਾ ਹੀ 2000 ਮਾਡਲ ਆ ਜੀ। ਅਤੇ ਟਾਇਰ ਵੀ ਬੈਕ ਸਾਈਡ ਦੇ ਬਿਲਕੁਲ ਨਵੇਂ ਆ, ਫਰੰਟ ਦੇ ਵੀ ਟਾਇਰ ਸਾਫ ਆ, ਪੰਪ ਵੀ ਇਸਦਾ ਜੋ ਲੈਫਟ ਵਾਲਾ ਕੰਟਰੋਲਰ ਬਾਹਰ ਆ ਜੀ, ਤੁਸੀਂ ਦੇਖ ਸਕਦੇ। ਉਸਦੇ ਨਾਲ ਆ ਗਿਆ ਜੀ ਸਵਰਾਜ 744, 2009 ਮਾਡਲ ਆ, 2,85,000 ਰੁਪਈਆ ਡਿਮਾਂਡ ਆ ਜੀ। ਟਾਇਰਾਂ ਦੀ ਕੰਡੀਸ਼ਨ 50 ਕੁ ਪੈਸੇ ਕਹਿ ਸਕਦੇ ਹਾਂ, ਬੈਕ ਸਾਈਡ ਦੇ 13 ਦੇ ਟਾਇਰਾਂ 'ਚ ਇਹ 2009 ਦੀ ਡਿਮਾਂਡ 2,85 ਹੈ ਜੀ। ਨੰਬਰ ਇਹ ਤੁਹਾਨੂੰ ਵੇਖ ਕੇ ਦੱਸ ਦਿੰਦੇ ਹਾਂ, ਪੰਜਾਬ ਆ ਜਾਂ ਬਾਹਰ ਦਾ, ਇਹ ਨਹੀਂ ਲਿਖਿਆ ਹੋਇਆ ਜੀ ਇੱਥੇ ਨੰਬਰ। ਉਸਦੇ ਨਾਲ ਆ ਗਿਆ ਜੀ 475 ਮਹਿੰਦਰਾਲਿਆਂ ਦਾ, ਰੰਗ ਰੋਗਨ ਦਾ ਟਰੈਕਟਰ ਸਾਫ ਆ, ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ। ਮਾਡਲ ਇਹ 2011 ਜੀ, 2,00,000 ਰੁਪਈਆ ਪੂਰੀ ਡਿਮਾਂਡ ਆਈ ਹੈ। ਸ਼ਾਇਦ ਨੰਬਰ ਇਹ ਵੀ ਬਾਈ ਜੀ ਬਾਹਰ ਦਾ ਹੋ ਸਕਦਾ, ਕਿਉਂਕਿ ਜਾਇਜ਼ ਜੀ ਡਿਮਾਂਡ ਹੈ। ਉਹਦੇ ਨਾਲ ਆ ਗਏ ਪੰਜਾਬ ਨੰਬਰ PV30, 35 ਸੋਨਾਲੀ ਕਾਲਿਆਂ ਦਾ, 2009 ਮਾਡਲ ਆ, 2,55,000 ਰੁਪਈਆ ਡਿਮਾਂਡ ਆ, ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਜੀ। ਉਸਦੇ ਨਾਲ ਆ ਗਿਆ ਜੀ 2013 ਮਾਡਲ ਸੋਨਾਲੀਕਾ 35, 2,85,000 ਰੁਪਈਆ ਡਿਮਾਂਡ ਆ ਜੀ। ਫਰੰਟ ਦੇ ਟਾਇਰ ਨਵੇਂ, ਬੈਕ ਸਾਈਡ ਦੇ ਟਾਇਰਾਂ ਦੀ ਗੁੱਡੀ ਖਾਸੇ ਪਈ ਹੋਈ ਜੀ। ਉਸਦੇ ਨਾਲ ਆ ਗਿਆ ਜੀ 345 ਸਟੈਂਡਰਡ, ਮੁੰਡਾ ਵੀ ਵੇਚ ਦਿੰਦੇ ਹਾਂ, 2006 ਮਾਡਲ ਆ, 1,95,000 ਰੁਪਈਆ ਡਿਮਾਂਡ ਆ। ਬੈਕ ਸਾਈਡ ਦੇ ਟਾਇਰ ਆ ਜੋ ਖਾਸੇ ਪਏ ਆ, ਫਰੰਟ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ। ਉਹਦੇ ਨਾਲ ਇੱਕ ਟਰੈਕਟਰ ਆ ਗਿਆ ਜੀ 745, ਪੰਜਾਬ ਨੰਬਰ ਆ PV41, ਟਰੈਕਟਰ ਰੰਗ ਰੋਗਨ ਦਾ ਪੂਰਾ ਹੀ ਸਾਫ ਆ ਜੀ। 2006 ਮਾਡਲ ਆ, 2,35,000 ਰੁਪਈਆ ਮਾਲਕ ਦੀ ਡਿਮਾਂਡ ਆ, ਤੁਸੀਂ ਦੇਖ ਸਕਦੇ ਹੋ ਟਰੈਕਟਰ। ਅਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਜੀ, JK ਦੇ ਟਾਇਰ ਆ ਜੀ, 13 ਦੇ ਟਾਇਰਾਂ 'ਚ। ਸੋ ਜਿਹੜਾ ਮਾਲਕ ਦਾ ਨੰਬਰ ਆਪਾਂ ਤੁਹਾਨੂੰ ਟਰੈਕਟਰ ਸ਼ੁਰੂ ਕੀਤਾ ਸੀਗਾ 963 ਤੋਂ ਲੈ ਕੇ ਅਤੇ ਸੋਨਾਲੀਕਾ ਤੱਕ 745 ਤੱਕ ਮਾਲਕ ਹੈਗਾ ਜੀ ਇਹਨਾਂ ਦਾ, ਗੁਰਪ੍ਰੀਤ ਗਿੱਲ ਕਾਲਾ, 94,785,57,910 ਇਹ ਉਹਨਾਂ ਦਾ ਮੋਬਾਈਲ ਨੰਬਰ ਆ ਜੀ। ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਇਹਨਾਂ 'ਚੋਂ ਪਸੰਦ ਆਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹਾਂ। ਟਰੈਕਟਰ ਸੋਹਣੇ ਅਤੇ ਸਾਫ ਖੜੇ ਜੀ ਇਹਨਾਂ ਕੋਲ। ਉਸਦੇ ਨਾਲ ਟਰੈਕਟਰ ਤੁਹਾਨੂੰ ਦਿਖਾਈ ਦੇ ਰਿਹਾ ਜੋ ਸਾਹਮਣੇ ਮਹਿੰਦਰਾਲਿਆਂ ਦਾ 265, 2011 ਮਾਡਲ ਆ, 2,75,000 ਰੁਪਈਆ ਡਿਮਾਂਡ ਆ। ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ, 12 ਦੇ ਟਾਇਰਾਂ 'ਚ ਟਰੈਕਟਰ ਆ, ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਆ। ਤੁਹਾਡਾ ਆਪਣੇ ਬਾਈ ਤੋ ਜੀ ਮਾਲਕ ਵੀ ਖੜੇ, ਉਹਨਾਂ ਦਾ ਮੋਬਾਈਲ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ। ਇਹੀ ਇੱਕ ਟਰੈਕਟਰ ਤੁਹਾਡੇ ਬਾਈ ਜੀ, ਕੀ ਨਾਮ ਆ ਤੁਹਾਡਾ? ਸੁਖਦੀਪ ਸਿੰਘ। ਬਾਈ ਦਾ ਨਾਮ ਪਿੰਡ ਜੀ? ਕਵਰ ਵਾਲਾ ਜੀ, ਜ਼ਿਲ੍ਹਾ ਮੁਕਤਸਰ ਸਾਹਿਬ ਜੀ। ਠੀਕ ਹੈ ਜੀ, ਅਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ। 96,63,97,63,097,95 ਜੀ। ਲਓ ਜੀ, ਜੇ ਕਿਸੇ ਨੂੰ ਇਹ ਟਰੈਕਟਰ ਪਸੰਦ ਆਵੇ 265, ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ, ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹਾਂ। ਹਰਿਆਣਾ ਨੰਬਰ ਹੈ ਜੀ? ਨੰਬਰ ਹਰਿਆਣਾ ਬਾਈ ਜੀ, ਇਹ ਜ਼ਰੂਰ ਨੋਟ ਕਰ ਲਓ। ਉਸਦੇ ਨਾਲ ਆ ਗਏ ਸੋਨਾਲੀਕਾ 740, 2005 ਮਾਡਲ ਆ, 1,90,000 ਰੁਪਈਆ ਡਿਮਾਂਡ ਆ, ਟਾਇਰ ਬਿਲਕੁਲ
बैक साइड के घासे पे हुए जी। उसके नाल आ गए फार्म ट्रैक 47 2009 मॉडल आ जी, 2,85,000 रुपया डिमांड आ जी। टायर की कंडीशन साफ है जी, 4 की 13 के टायर च है ट्रैक्टर, JK के टायर बैक साइड के। उसके नाल आ गए 3630 रंग रोगन जो भी तुम दिखाई दे रहा ट्रैक्टर का, 16 के टायर च बिल्कुल नवे टायर आ जी। बैक साइड के गुड्डी पूरी साफ पई है, 2000 मॉडल जी, सारा ओरिजिनल ओरिजिनल ट्रैक्टर है भाई। कहिंदा 2000 मॉडल आ, 3,90,000 रुपया मालक की डिमांड आ भाई। अपना मोबाइल नंबर दस्सो, 9,88,88,242 नाम भाई जी, हरप्रीत सिंह भाई का नाम। तो अपना पिंड कहड़ा जी? पिंड कवरवाला जी, कवरवाला बाई का पिंड है जी। सो तुसी ट्रैक्टर चंगी तरह देख सकते हो, ओरिजिनल ट्रैक्टर है, कितों लीक वगैरह भी नहीं। चलो जी, उसके नाल होर भी ट्रैक्टर खड़े तुहानू दिखा दिंदे आ। इंडो फार्म आ गए जी सामने। ये ट्रैक्टरां दे रेट भी जायज जे हुंदे आ, उच्चे मॉडल भी घट रेटा च मिल जाते। 13 के टायर च ये BKT के टायर आ, इंडो फार्म 30-35 है जी। 2016 मॉडल है जी, 2,90,000 रुपया डिमांड है जी। तुसी देख सकते हो बिल्कुल साफ सुथरी कंडीशन का ट्रैक्टर है जी। मालक का नंबर भाई जी उपर लिखा से पर मिट चुका जी, वो दिखाई नहीं दे रहा। उस नाल आ गया जी 5103 रंग रोगन, तुसी देख सकते हो जो भी इस ट्रैक्टर का है। टायर की कंडीशन है जो ठीक ठाक है जी, 13 के टायर च। मॉडल हैगा 2007, 2,50,000 रुपया मालक की डिमांड है, राजस्थान नंबर है। उसके नाल आ गया जी स्वराज 735 रंग रोगन का ट्रैक्टर, साफ है जी। टायर की कंडीशन भी बिल्कुल साफ पई है, पंप भी बाहर आ। 98 मॉडल आ जी, 1,75,000 रुपया डिमांड आ, पंजाब नंबर ट्रैक्टर आ जी। ट्रैक्टर टायर इस भी बिल्कुल साफ आ, पंप इसका भी बिल्कुल आप बाहर आई। 99 मॉडल आ जी, 1,85,000 रुपया डिमांड आई। तुम देख सकते हो ट्रैक्टर साफ है। उसके नाल आ गए महिंद्रा 575 2005 मॉडल आ, 2,45,000 रुपया मालक की डिमांड आ। टायर इस भी बिल्कुल नवे आ जी, बैक साइड के 13 के टायर आ जी। ट्रैक्टर गुड़ियर के टायर आ जी। उसके नाल आ गया फार्म 65 EP पंजाब नंबर आई। ये शायद 16 के टायर च होगा जी ट्रैक्टर। टायर की गुड्डी आप 50 पैसे कह सकते जी, हाँ 16 के टायर च ही है जी। बिल्कुल रंग रोगन ट्रैक्टर का देख सकते, 2012 मॉडल की डिमांड 385 जी। उसके नाल आ गया जी अर्जन 605 टायर घासे पे हुए, रंग रोगन जो भी तुम दिखाई दे रहा चंगी तरह, पंजाब नंबर आई है जी। 2011 मॉडल की डिमांड की डिमांड हैगी 360 जी। उसके नाल आ गए सोनालिका 750 रंग रोगन, तुसी देख सकते हैं वीडियो टायर की जो गुड्डी है घासे पई है, बैक साइड के फ्रंट के टायर साफ है जी। 2001 मॉडल आई, 2,60,000 रुपया मालक की डिमांड है। ताड़ा अपना ट्रैक्टर बई जी? हाँ सत श्रीकाल बई जी, कि पिंड बई दी? धामकोट बई का पिंड, जिला श्री मुक्तसर साहब जी। तो अपना नाम की है बई जी? शमशेर सिंह बई का नाम है बई। आते रखे घर ट्रैक्टर? अपना मोबाइल नंबर दसो जी, 98,550,81,758 जी। लो जी ये मालक का नंबर आ, प्रेशर होया ट्रैक्टर तुसी देख सकते, इंजन गेयर का सारा ओके जी, नवा होया जी, बिल्कुल नवा होया जी। ये दोबारे तुहानू डिमांड दस दिने, 260 है जी भाई। नंबर 50 ही है जी, पंजाब नंबर ट्रैक्टर है जी। उसके नाल आ गया जी 750 सोनालिका 2000 मॉडल आ, 2,30,000 रुपया डिमांड आई। बैक साइड के टायर कासे पे, फ्रंट के टायर की कंडीशन साफ पई है, रंग रोगन तुसी देख सकते हैं। 2000 मॉडल की डिमांड 230 है। उसके नाल आ गया फार्म 50 रंग रोगन, तुहानू दिखाई दे रहा जो भी इसका वीडियो है जी। टायर की कंडीशन भी कासे पई हुई है, हरियाणा नंबर आ। 96 मॉडल आ, 1,35,000 रुपया मालक की डिमांड आई। उसके नाल आ गए 5245 मैसी
रंग रोगन जो भी तुम दिखाई दे रहा फ्रंट के टायर साफ है, बैक साइड के टायर की कंडीशन आप 40 पैसे कह सकते 14 के टायर च जी एम आर एफ के टायर है जी। इस 2002 मॉडल की डिमांड 190 जी। उस आ गया 368 ऐशर वाले 3 सिलेंडर टायर बैक साइड की गुड्डी जो घासे पई है। रंग रोगन का ट्रैक्टर साफ आ। 2016 मॉडल 3,80,000 रुपये डिमांड आ। उस आ गया स्वराज 724 पंप 12 ट्रैक्टर का ही रंग रोगन का भी साफ आ। चार टायर भी बिल्कुल नवे आ जी। 2016 मॉडल 3,10,000 रुपया डिमांड आ जी। नंबर है तो दसा नहीं है पंजाब है जेड़ा जी, पर जेड़े हिसाब न रेट आ पंजाब नंबर ही होगा जी। उसके नाल आ गया स्वराज 855 रंग रोगन का ट्रैक्टर साफ है जी। टायर की कंडीशन भी साफ पई है, बैक साइड के टायर 60 पैसे आप कह सकते हैं। 2014 मॉडल आई 4,60,000 रुपया मालक की डिमांड आ। 14 के टायर च गुड़ियर के टायर है जी। उसके नाल एक स्वराज होर आ गया जी, ये टायर की कंडीशन 40 पैसे कह सकते हैं जी। 14 के टायर च ये है जी, ये वाला जो पहला वाला ट्रैक्टर है 14 मॉडल है, प्रेशर होया जी ट्रैक्टर तुम देख सकते हो। जिहड़ा ये स्वराज 855 जी, ये 2009 मॉडल आई 3,40,000 रुपया डिमांड आई है। उसके नाल आ गया जी 265 मिंदराल का टायर बिल्कुल घासे पाए हुए है। हरियाणा नंबर आई HR22 मॉडल 2001 का 1,80,000 रुपया डिमांड आई मालक का। सो वीडियो देखने लई धन्यवाद, वीडियो चंगी लगी शेयर भी कर दिया करो तो लाइक भी जरूर कर दिया करो।